ਕਿਸਮਤ ਬਦਲਦੇ ਹੋਏ ਵਕਤ ਨਹੀਂ ਲੱਗਦਾ ਜੇ ਹੀ ਵਾਪਰੇ ਹੈ ਇਸ ਵਿਅਕਤੀ ਦੇ ਨਾਲ ਸਬਜ਼ੀ ਖਰੀਦਣ ਲਈ 500 ਰੁਪਏ ਦਾ ਨੋਟ ਚੇਂਜ ਕਰਵਾਉਣਾ ਹੁੰਦਾ ਹੈ ਜਿਸ ਲਈ ਜ਼ਬਰਦਸਤੀ ਲੋਟਰੀ ਦੀ ਟਿਕਟ ਖਰੀਦੀ ਜਾਂਦੀ ਹੈ ਪਰ ਕਿਸ ਨੂੰ ਪਤਾ ਸੀ ਕਿ ਲੋਟਰੀ ਦੀ ਟਿਕਟ ਕਿਸਮਤ ਬਦਲ ਦੇਗੀ ਜ਼ਿੰਦਗੀ ਬਦਲ ਕੇ ਰੱਖ ਦੇਵੇਗੀ ਤਾਂ 500 ਰੁਪਏ ਦਾ ਨੋਟ ਚੇਂਜ ਕਰਵਾਉਣ ਲਈ ਲਾਟਰੀ ਦੀ ਟਿਕਟ ਖਰੀਦੀ ਔਰ 77 ਸਾਲਾ ਇਸ ਵਿਅਕਤੀ ਨੇ 12 ਕਰੋੜ ਰੁਪਏ ਦਾ ਲਾਟਰੀ ਦੀ ਟਿਕਟ ਦੇ ਨਾਲ ਇਨਾਮ ਹਾਸਲ ਕੀਤਾ ਤਾਂ ਅਗਲੇ ਹੀ ਘੰਟੇ 'ਚ ਹੀ ਖਬਰ ਮਿਲਦੀ ਹੈ ਜੀ ਸੂਚਨਾ ਮਿਲਦੀ ਹੈ ਕਿ ਜਿਹੜੀ ਲਾਟਰੀ ਦੀ ਟਿਕਟ ਖਰੀਦੀ ਜਾਂਦੀ ਹੈ ਉਸਨੇ ਕਿਸਮਤ ਬਦਲ ਕੇ ਰੱਖ ਦਿੰਦੀ ਹੈ 12 ਕਰੋੜ ਰੁਪਏ ਦਾ ਇਨਾਮ ਨਿਕਲਿਆ ਇਸ ਵਿਅਕਤੀ ਦਾ ਕੈਨੇਡਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤਸਵੀਰ ਤੁਹਾਨੂੰ ਦਿਖਾਵਾਂਗੇ ਚਿਹਰੇ ਤੇ ਕਿਸ ਤਰ੍ਹਾਂ ਦੀ ਖੁਸ਼ੀ ਦਿਖਾਈ ਦੇ ਰਹੀ ਹੈ 12 ਕਰੋੜ ਦਾ ਇਨਾਮ ਨਿਕਲਦੇ ਮਹਿਜ਼ ਇੱਕ ਘੰਟਾ ਪਹਿਲੇ ਲੋਟਰੀ ਦੀ ਟਿਕਟ ਖਰੀਦੀ ਜਾਂਦੀ ਹੈ ਉਹ ਵੀ 500 ਰੁਪਏ ਦਾ ਨੋਟ ਚੇਂਜ ਕਰਨ ਦੇ ਬਹਾਨੇ ਔਰ ਉਸ ਤੋਂ ਬਾਅਦ ਕਿਸਮਤ ਬਦਲ ਜਾਂਦੀ ਹੈ ਤਾਂ ਸਬਜ਼ੀ ਖਰੀਦਣ ਲਈ 500 ਰੁਪਏ ਦਾ ਨੋਟ ਚੇਂਜ ਕਰਵਾਉਣਾ ਸੀ ਮਜਬੂਰੀ ਦੇ ਵਿੱਚ ਲੋਟਰੀ ਦੀ ਟਿਕਟ ਖਰੀਦੀ ਔਰ ਕੁਝ ਘੰਟਿਆਂ ਬਾਅਦ ਕਰੋੜਾ ਦਾ ਇਨਾਮ ਮਿਲਿਆ ਦੱਸਿਆ ਜਾ ਰਿਹਾ ਕਿ ਕਾਫੀ ਲੰਮੇ ਸਮੇਂ ਤੋਂ ਲੋਟਰੀ ਦੀਆਂ ਟਿਕਟਾਂ ਜ਼ਰੂਰ ਖਰੀਦ ਰਿਹਾ ਸੀ ਪਰ ਕਿਸਮਤ ਇਸ ਕਦਰ ਮਿਹਰਬਾਨ ਹੋ ਜਾਏਗੀ ਕਦੇ ਨਹੀਂ ਸੀ ਸੋਚਿਆਤਾ ਸਦਾਨੰਦ ਇਸ ਦੇ ਨਾਮ ਦੱਸਿਆ ਜਾ ਰਿਹਾ 77 ਸਾਲ ਉਮਰ ਔਰ ਕੇਰਲਾ ਦੇ ਰਹਿਣ ਵਾਲੇ ਇਹ ਵਿਅਕਤੀ ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਕਿਸਮਤ ਵੀ ਲੋਕਾਂ ਦੇ ਨਾਲ ਅਜੀਬ ਖੇਡ ਖੇਡਦੀ ਹੈ ਔਰ ਇਸ ਵਿਅਕਤੀ ਦੇ ਨਾਲ ਵੀ ਕੁਝ ਜਿਹਾ ਹੀ ਹੋਇਆਤਾ ਸਦਾ नंदन ने पांच सौ रुपए ली लॉटरी की टिकट खरीदी सी और कुछ घंटिया बाद पता लग्या कि बन दरअसल सदा नंदन ने सवेरे सब्जी लैंड घरों निकलिया पर उसको नहीं पता सी कि किस्मत उसका दरवाजा खटखटाया उस खट को नोट सी उसके चेंज ली लॉटरी की टिकट खरीदी जाती है उस तो बाद वो सब्जी खरीद के घर चला जाता है कुछ घंटिया बाद उसको पता लगता है कि जैकपॉट हिट हो गया और बारह करोड़ रुपए ਲੋਟਰੀ ਦੇ ਟਿਕਟ ਦੇ ਨਾਲ ਜਿੱਤ ਲੈਨੇ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਦਾਨੰਦਨ ਕਾਫੀ ਲੰਬੇ ਸਮੇਂ ਤੋਂ ਲੋਟਰੀ ਦੀਆਂ ਟਿਕਟਾਂ ਵੀ ਖਰੀਦ ਰਿਹਾ ਸੀ ਪਰ ਕਿਸਮਤ ਕਦੇ ਵੀ ਇੰਨੀ ਮਿਹਰਬਾਨ ਨਹੀਂ ਹੋਈ 77 ਸਾਲ ਉਮਰ ਦੱਸੀ ਜਾ ਰਹੀ ਹੈ ਕੇਰਲਾ ਦੇ ਰਹਿਣ ਵਾਲੇ ਨੇ ਔਰ ਸੁਰਖੀਆ ਦੇ ਵਿੱਚ ਬਣੇ ਹੋਏ ਨੇ ਕਾਫੀ ਸਾਲਾਂ ਤੋਂ ਲੋਟਰੀ ਦੀਆਂ ਟਿਕਟਾਂ ਖਰੀਦ ਰਿਹਾ ਸੀ ਪਰ ਪਹਿਲੀ ਵਾਰ ਹੈ ਜਦੋਂ ਉਸ ਨੂੰ ਬੰਪਰ ਇਨਾਮ ਮਿਲਿਆ ਤਾਂ ਕੇਰਲਾ ਸਰਕਾਰ ਦੀ 크ਿਸਮਸ ਨਵੇਂ ਸਾਲ ਦੀ ਲੋਟਰੀ ਲੇ ਟਿਕਟ ਖਰੀਦੀ ਸੀ ਔਰ ਕੁਝ ਹੀ ਘੰਟਿਆਂ ਦੇ ਵਿੱਚ ਕਰੋੜਪਤੀ ਬਣ ਜਾਂਦਾ ਹੈ ਸਵੇਰੇ ਸਬਜ਼ੀ ਖਰੀਦਣ ਲਈ ਘਰੋਂ ਬਾਹਰ ਨਿਕਲਦਾ ਹੈ ਖੁੱਲੇ ਪੈਸੇ ਨਹੀਂ ਸੀ ਮੀਟ ਦੀ ਦੁਕਾਨਵਾਲ ਜਾ ਰਿਹਾ ਸੀ ਔਰ ਨੋਟ ਖੁਲਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪੈਸੇ ਖੁੱਲੇ ਨਾ ਮਿਲਣ ਤੇ ਉਸਨੇ ਲੋਟਰੀ ਦੀ ਟਿਕਟ ਖਰੀਦੀ ਔਰ ਜਦੋਂ ਨਤੀਜਾ ਆਇਆ ਤਾਂ ਉਹ ਹੈਰਾਨ ਰਹਿ ਗਿਆ ਕਿ ਨਹੀਂ ਆ ਰਿਹਾ ਕਿ 12 ਕਰੋੜ ਰੁਪਏ ਜਿੱਤ ਕੇ ਕਰੋੜਪਤੀ ਬਣ ਗਿਆ ਹਾਲਕਿ ਇਹ ਦੱਸਿਆ ਜਾ ਰਿਹਾ ਕਿ ਇੰਕਮ ਟੈਕਸ ਕੱਟਣ ਤੋਂ ਬਾਅਦ ਲਗਭਗ 8 ਕਰੋੜ ਰੁਪਏ ਉਸ ਨੂੰ ਮਿਲਣਗੇ ਤਾਂ ਚਿਹਰੇ ਦੀ ਖੁਸ਼ੀ ਬਿਆਨ ਕਰ ਰਹੀ ਹੈ ਕਿ ਕਿਸ ਤਰ੍ਹਾਂ ਕਿਸਮਤ ਬਦਲੀ ਔਰ ਕਿਸਮਤ ਚਮਕੀ ਔਰ ਜ਼ਿੰਦਗੀ ਬਦਲ ਕੇ ਰੱਖ ਦਿੰਦੀ ਤਾਂ ਮਹਿਜ਼ ਘੰਟੇ ਦੇ ਵਿੱਚ ਹੀ ਕਰੋੜਪਤੀ ਬਣ ਗਏ ਵਿਅਕਤੀ ਕਹਿੰਦਾ ਤੋ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਜ਼ਬਰਦਸਤੀ ਖਰੀਦੀ ਲੋਟਰੀ ਦੀ ਟਿਕਟ ਕਿਸ ਤਰ੍ਹਾਂ ਕਿਸਮਤ ਬਦਲ ਕੇ ਰੱਖ ਦਿੰਦੀ ਹੈ 77 ਸਾਲ ਦੀ ਉਮਰ ਪੈਸੇ ਤੜਵਾਨ ਲਈ ਇਹ ਲੋਟਰੀ ਦੀ ਟਿਕਟ ਖਰੀਦੀ ਗਈ ਸੀ ਪਰ ਨਹੀਂ ਪਤਾ ਸੀ ਕਿ ਇਸ ਨੇ ਜ਼ਿੰਦਗੀ ਬਦਲ ਕੇ ਰੱਖ ਦੇਣੀ ਹੈ ਤਾਂ 500 ਰੁਪਏ ਦਾ ਨੋਟ ਤੜਵਾਨ ਲਈ ਲਾਟਰੀ ਦੇ ਟਿਕਟ ਖਰੀਦੀ ਜਾਂਦੀ ਔਰ ਉਸ ਤੋਂ ਬਾਅਦ ਜੋ ਹੁੰਦਾ ਹੈ ਜ਼ਿੰਦਗੀ ਬਦਲ ਜਾਂਦੀ ਹੈ 12 ਕਰੋੜ ਰੁਪਏ ਦਾ ਇਨਾਮ ਜਿੱਤਦਾ ਇਹ ਵਿਅਕਤੀ ਤਾਂ 12 ਕਰੋੜ ਰੁਪਏ ਦਾ ਇਨਾਮ ਜਿੱਤਦਾ ਔਰ ਪੂਰੀ ਜ਼ਿੰਦਗੀ ਬਦਲ ਕੇ ਰੱਖ ਜਾਂਦੀ ਹੈ ਤਾਂ ਕਾਫੀ ਚਿਰ ਤੋਂ ਲੋਟਰੀ ਟਿਕਟ ਖਰੀਦ ਕੇ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਨਹੀਂ ਸੋਚਿਆ ਹੋਣਾ ਕਿ ਇਸ ਕਦਰ ਕਿਸਮਤ ਮਿਹਰਬਾਨ ਹੋਏਗੀ ਕਿ ਘੰਟੇ ਦੇ ਵਿੱਚ ਹੀ ਕਿਸਮਤ ਬਦਲੀ ਜਾਣੀ ਹੈ ਤਾਂ ਮੈਂ ਇਸ ਇੱਕ ਘੰਟੇ ਦੇ ਵਿੱਚ ਜੈਕਪੌਟ ਹਿੱਟ ਹੁੰਦਾ ਹੈ ਔਰ ਇਹ ਸੂਚਨਾ ਮਿਲਦੀ ਹੈ ਕਿ 12 ਕਰੋੜ ਰੁਪਏ ਦੀ ਲੋਟਰੀ ਦਾ ਇਨਾਮ ਜਿੱਤਿਆ